बीते कुछ दिन पहले शिवसेना नेता हरमिंदर सोनी की एक वीडियो वायरल हुई थी जिसमें वो श्री दरबार साहब पर कुछ बातें कह रहे थे, जिसके बाद सिख जथेबंदियों ने इसका विरोध किया और गिरफ्तारी की मांग उठाई। गिरफ्तारी की मांग उठते ही शिवसेना नेता ने तुरंत माफी मांग ली। क्या कुछ कह रहे हैं हरमिंदर सोनी, चलिए आपको दिखा दें। जो टिप्पणी बड़ी वायरल हो रही है, मैनूं कल पता लग गया सीगा, कल मैनूं किसी का फोन आया सीगा कि तेरे असां करके गलत शब्द बोले गए ने, और जो मैं देखा तो बिलीव करना कि मैनूं खुद नूं बुरा लग्या कि ये पता नहीं किस टाइम मेरे को असां दा बोलिया गया। उहदा कारण की सीगा कि जदों बंद की कॉल दित्ती हुई सीगा, तो 10 दिन पहले की गल है, ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਹੋਈ ਸੀ ਉਸ ਵੇਲੇ ਜਿਹੜਾ ਧਿਆਨ ਸੀਗਾ 10 ਜਗ੍ਹਾ ਦੇ ਉੱਪਰ ਸੀਗਾ, ਕਿਉਂਕਿ ਉਸ ਵਕਤ ਪਬਲਿਕਲੀ ਆਪਾਂ ਜਾ ਰਹੇ ਸੀਗੇ, ਤਾਂ ਉਸ ਵੇਲੇ ਮੈਨੂੰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਹੋ ਸਕਦਾ ਕਿ ਤੇਰੇ 'ਤੇ ਅਟੈਕ ਹੋ ਜਾਏ। ਉਸ ਵੇਲੇ ਬਚਣਾ ਵੀ ਸੀਗਾ, ਉਸ ਵੇਲੇ ਬੰਦ ਵੀ ਕਰਵਾਉਣਾ ਸੀਗਾ, ਆਪਣੇ ਸਾਥੀਆਂ ਨਾਲ ਤਾਲਮੇਲ ਵੀ ਕਰਨਾ ਸੀਗਾ, ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਸੀਗਾ। ਸੋ ਧਿਆਨ ਜਿਹੜਾ ਬੜੀ ਜਗ੍ਹਾ ਦੇ ਉੱਪਰ ਸੀਗਾ, ਔਰ ਇਹ ਕਿਸ ਵੇਲੇ ਸ਼ਬਦ ਬੋਲੇ ਗਏ, ਔਰ ਮੈਂ ਕਹਿੰਦਾ ਕਿ ਸਾਰੀ ਲਾਈਨ ਠੀਕ ਸੀਗੀ, ਜਿਹੜਾ ਅਸੀਂ ਵਰਡ ਵਿੱਚ ਬੋਲਿਆ ਗਿਆ ਕਿ ਅਸੀਂ ਜਾ ਕੇ ਅਟੈਕ ਕਰਾਂਗੇ, ਹੈਰਾਨੀ ਵਾਲੀ ਗੱਲ ਆ ਕਿ ਮੈਂ ਕਿਸਾਂ ਬੋਲ ਸਕਦਾ ਇਸ ਤਰ੍ਹਾਂ। ਕਾਰਨ ਕੀ ਹੈ ਕਿ ਅਸੀਂ ਤਾਂ ਖੁਦ ਹਰਿਮੰਦਰ ਸਾਹਿਬ ਦੇ ਮਤਲਬ ਕਿ ਸਾਡੇ ਅਨੁਯਾਈ ਹਾਂ ਅਸੀਂ ਉਹਨਾਂ ਦੇ। ਕਾਰਨ ਹੈ ਕਿ ਮੇਰਾ ਨਾਂ ਖੁਦ ਹਰਿਮੰਦਰ, ਜਿਹੜਾ ਮੇਰਾ ਨਾਮ ਹੈ ਉਹ ਵੀ ਹਰਿਮੰਦਰ ਸਾਹਿਬ ਤੋਂ ਹੀ ਲਿਆ ਗਿਆ, ਉੱਥੋਂ ਹੀ ਮੇਰਾ ਨਾਮ ਨਿਕਲਿਆ ਸੀਗਾ। ਸੋ ਅਸੀਂ ਤਾਂ ਹਮੇਸ਼ਾ ਜਦੋਂ ਸਾਡੇ ਬੰਬੇ ਤੋਂ ਸਾਡੇ ਸਾਥੀ ਆਉਂਦੇ ਨੇ, ਕੋਈ ਮੰਤਰੀ ਬਣਾਉਂਦੇ ਨੇ, ਅਸੀਂ ਖੁਦ ਜਾ ਕੇ ਉੱਥੇ ਉਹਨੂੰ ਸਪੈਸ਼ਲੀ ਕਹਿੰਦੇ ਕਿ ਜਾ ਕੇ ਉੱਥੇ ਪਹਿਲਾਂ ਮੱਥਾ ਟੇਕੋ, ਉਹਨੂੰ ਇਹਨੂੰ ਖਤਮ ਕਰੋ ਇਹਨੂੰ। ਕਾਰਨ ਕੀ ਹੈਗਾ ਕਿ ਅਸੀਂ ਅੱਜ ਦੀ ਡੇਟ ਵਿੱਚ ਜਿਹੜੀ ਹਿੰਦੂ ਸਿੱਖ ਦੀ ਭਾਈਚਾਰਕ ਸਾਂਝ ਹੈ ਉਹਨੂੰ ਆਪਾਂ ਵਧਾਉਣਾ ਹੈ, ਨਾ ਕਿ ਉਹਨਾਂ ਦੇ ਵਿੱਚ ਪਾੜ ਪੈਦਾ ਕਰਨਾ। ਅਤੇ ਇਹ ਜੇ ਮੰਨ ਲਓ ਕਿ ਕਿਸੇ ਦੀ ਉਹ ਟੰਗ ਸਲਿਪ ਹੋ ਹੀ ਗਈ ਹੈ, ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਇੱਕ ਬੜਾ ਬਣਾ ਕੇ ਹਿੰਦੂ ਸਿੱਖ ਦਾ ਇੱਕ ਵਿਵਾਦ ਪੈਦਾ ਕਰ ਦਿੱਤਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਪਰ ਬਣਾ ਕੇ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ, ਇਹ ਗਲਤ ਹੈ। ਅਤੇ ਮੈਂ ਪ੍ਰਸ਼ਾਸਨ ਦੇ ਨਾਲ ਹਾਂ, ਔਰ ਮੈਂ ਇਹ ਕਹਿ ਰਿਹਾ ਕਿ ਹਿੰਦੂ ਸਿੱਖ ਨੂੰ ਦੋਨਾਂ ਨੂੰ, ਕਿਉਂਕਿ ਉਹ ਧਾਰਮਿਕ ਸਥਾਨ ਜਿਹੜਾ ਵਾ ਉਹ ਇਕੱਲੇ ਸਿੱਖਾਂ ਦਾ ਨਹੀਂ ਹੈ, ਉਹ ਹਿੰਦੂਆਂ ਦਾ ਵੀ ਨਾਲ ਉਨਾ ਹੀ ਹੈ ਜਿੰਨਾ ਸਿੱਖਾਂ ਦਾ, ਅਤੇ ਇਸ ਲਈ ਉਹ ਦੋਨਾਂ ਦੀ ਅਗਰ ਕੋਈ ਠੇਸ ਪਹੁੰਚੀ ਹੈ ਤਾਂ ਆਮ ਐਕਸਟ੍ਰੀਮਲੀ ਵੈਰੀ ਵੈਰੀ ਸੋਰੀ। ਮੈਂ ਇਹ ਰਿਪੀਟ ਨਹੀਂ ਕਰਨਾ ਚਾਹੁੰਦਾ, ਨਾ ਮੈਂ ਬੋਲਣਾ ਚਾਹੁੰਦਾ ਸੀਗਾ। ਸ਼ਬਦ ਬੋਲੇ ਗਏ, ਅਸੀਂ ਵਰਡ ਵਿੱਚ ਆ ਗਿਆ, ਉਹ ਗਲਤ।